ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸਾਡੇ ਨਾਲ ਇਸ ਟਾਈਮ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਨਰਦੇਵ ਸਿੰਘ ਬੋਬੀ ਮਾਨ। ਗੱਲਬਾਤ ਕਰਾਂਗੇ ਬੋਬੀ ਮਾਨ ਹੋਰਾਂ ਦੇ ਨਾਲ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਚੋਣ ਪ੍ਰਚਾਰ ਚੱਲ ਰਿਹਾ, ਕਿਉਂਕਿ ਕੁਝ ਹੀ ਦਿਨ ਰਹਿ ਗਏ ਵੋਟਿੰਗ ਦੇ ਵਿੱਚ। ਇਹੋ ਜਿਹੇ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਆਪਣਾ ਪੂਰਾ ਜ਼ੋਰ ਲਾ ਦਿੱਤਾ ਗਿਆ। ਕਹਿ ਲਈਏ ਕਿ ਗਰਮੀ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਅਤੇ ਸਿਆਸੀ ਅਖਾੜਾ ਵੀ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕਾ। ਇਹੋ ਜਿਹੇ ਦੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋਈਆਂ, ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਆਪਣੀ ਪੂਰੀ ਵਾਹ ਲਾ ਦਿੱਤੀ ਗਈ ਹੈ। ਸਾਡੇ ਨਾਲ ਮੌਜੂਦ ਨੇ ਨਰਦੇਵ ਸਿੰਘ ਬੋਬੀ ਮਾਨ। ਜਾਣਾਂਗੇ ਕਿਸ ਤਰ੍ਹਾਂ ਦੇ ਨਾਲ ਚੋਣ ਮੁਹਿੰਮ ਚੱਲ ਰਹੀ ਹੈ। ਜੀ ਸਰ, ਬੀਤੇ ਦਿਨੀ ਬਾਦਲ ਸਾਹਿਬ ਆਏ ਸੀਗੇ ਔਰ ਹੁਣ ਜੇਕਰ ਗੱਲ ਕੀਤੀ ਜਾਵੇ ਚੋਣ ਮੁਹਿੰਮ ਕਿਸ ਤਰ੍ਹਾਂ ਚੱਲ ਰਹੀ? ਬਹੁਤ ਵਧੀਆ ਚੱਲ ਰਹੀ ਹੈ ਜੀ। ਅੱਜ ਵੀ ਸਾਡੀਆਂ 4 ਰੈਲੀਆਂ ਸੀਗੀਆਂ। ਅੱਜ ਵੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਆਏ ਸੀਗੇ। ਬਹੁਤ ਵਧੀਆ ਹੁੰਗਾਰਾ ਔਰ ਬਹੁਤ ਵਧੀਆ, ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਸੰਗਤ ਆਈ ਔਰ ਗਰਮੀ ਦੇ ਵਿੱਚ ਬਾਦਲ ਸਾਹਿਬ ਨੂੰ ਉਹਨਾਂ ਨੇ ਬੈਠ ਕੇ ਸੁਣਿਆ। ਇੱਥੋਂ ਪਤਾ ਲੱਗਦਾ ਕਿ ਜਿੱਤ ਯਕੀਨੀ ਹੈ ਸ਼੍ਰੋਮਣੀ ਅਕਾਲੀ ਦਲ ਦੀ। ਦੇਖੋ, ਅਕਾਲੀ ਦਲ ਹੈ ਜਿਹੜਾ, ਇੱਥੋਂ ਪਤਾ ਲੱਗਦਾ ਵੀ ਚੜ੍ਹਦੀ 'ਚ ਹੈ, ਚੜ੍ਹਦੀ ਕਲਾ 'ਚ ਹੈ। 7 ਸਾਲ ਹੋ ਗਏ ਅਕਾਲੀ ਦਲ ਨੂੰ ਸੱਤਾ ਤੋਂ ਲਾਂਭੇ ਹੋਇਆ। ਪਹਿਲਾਂ ਕਾਂਗਰਸ ਸੀਗੀ, ਆ 2 ਸਾਲ ਤੋਂ ਉੱਪਰ ਹੋ ਗਿਆ ਆਮ ਆਦਮੀ ਪਾਰਟੀ ਹੈ। ਹਮਲਾ ਤਾਂ ਇਹਨਾਂ 'ਤੇ ਕਰਨਾ ਚਾਹੀਦਾ, ਇਹਨਾਂ ਨੂੰ ਕਾਂਗਰਸ 'ਤੇ ਕਰਨਾ ਚਾਹੀਦਾ ਜਾਂ ਕਾਂਗਰਸ ਨੂੰ ਆਮ ਆਦਮੀ 'ਤੇ ਕਰਨਾ ਚਾਹੀਦਾ? ਅਕਾਲੀ ਦਲ ਨੂੰ ਕਿਉਂ ਕਰ ਰਿਹਾ? ਅਕਾਲੀ ਦਲ ਉੱਪਰ ਵੱਲ ਜਾ ਰਿਹਾ। ਪਿੱਛੇ ਦੇਖੀ ਨੂੰ ਤੁਸੀਂ, ਪੰਜਾਬ 'ਚ ਆਓ, ਯਾਤਰਾ ਕੀਤੀ ਹੈ ਬਾਦਲ ਸਾਹਿਬ ਨੇ ਔਰ ਸਿਰਫ ਇੱਕੋ ਹੀ ਲੀਡਰ ਹੋਇਆ ਪੰਜਾਬ 'ਚ ਜਿਹੜੇ ਖੁੱਲ੍ਹੇ ਆਮ ਗੱਡੀਆਂ 'ਚ ਘੁੰਮ ਰਹੇ ਆ, ਓਪਨ ਜੀਪ 'ਚ ਘੁੰਮ ਰਹੇ ਆ ਔਰ ਮੋਟਰਸਾਈਕਲਾਂ 'ਤੇ ਵੀ ਘੁੰਮ ਰਹੇ ਆ ਬਿਨਾਂ ਸਿਕਿਉਰਿਟੀ ਤੋਂ। ਇਹਨਾਂ ਨੂੰ ਕੋਈ ਰਿਕਨ ਨਹੀਂ ਦੇ ਰਿਹਾ। ਤੁਸੀਂ ਦੇਖੋ ਬੀਜੇਪੀ ਦੇ ਨਾਲ ਉਨੇ ਬੰਦੇ ਸੁਣ ਨਹੀਂ ਆਉਂਦੇ ਜਿੰਨੀ ਫੋਰਸ ਹੁੰਦੀ ਹੈ। ਫੋਰਸ ਵਾਲੇ ਵੀ ਬਹੁਤ ਜ਼ਿਆਦਾ ਤੰਗ ਨੇ ਉਹ। ਉਹ ਕਹਿੰਦੇ ਪਹਿਲਾਂ ਸਾਨੂੰ ਪੂਰਾ ਘੇਰਾ ਬਣਾਉਣਾ ਪੈਂਦਾ ਹੈ, ਇੰਨਾ ਸਾਨੂੰ ਕਹਿੰਦੇ ਪੀ ਐੱਮ ਦੀ ਸਿਕਿਉਰਿਟੀ ਨਹੀਂ ਕਰਨਾ ਪੈਂਦਾ ਜਿੰਨੇ ਬੀਜੇਪੀ ਦੇ ਕੈਂਡੀਡੇਟ ਹੈ ਔਰ ਜਿਹੜੇ ਮੁੱਖ ਮੰਤਰੀ ਸਾਹਿਬ ਹੈ, ਬਾਜ਼ਾਰ ਬੰਦ ਕਰਾ ਦਿੰਦੇ ਹੈ, ਕਿਤੇ ਕੋਈ ਕੁਐਸਚਨ ਨਾ ਕਰ ਲਏ, ਕਿਤੇ ਕੋਈ ਹਮਲਾ ਨਾ ਕਰਦੇ। ਪਹਿਲਾਂ ਇਹੀ ਮੁੱਖ ਮੰਤਰੀ ਸੀ ਜਦੋਂ ਇਕੱਲੇ ਐੱਮ ਪੀ ਹੁੰਦੇ ਸੀਗੇ, ਖੁੱਲ੍ਹੀਆਂ ਬਾਜ਼ਾਰਾਂ 'ਚ ਘੁੰਮਦੇ ਸੀ, ਕਹਿੰਦੇ ਸੀ ਬਿਨਾਂ ਸਿਕਿਉਰਿਟੀ 'ਤੇ ਰਹਾਂਗੇ। ਫਿਰ ਅੱਜ ਬਿਨਾਂ ਸਿਕਿਉਰਿਟੀ 'ਤੇ ਲੰਘਣਾ ਸੀ ਜਲਾਲਾਬਾਦ 'ਚੋਂ, ਫਿਰ ਦੱਸਦੀ ਜਾਂਦਾ ਅਤੇ ਜਨਤਾ ਦੇ ਫੁੱਲ ਪਕੌੜੇ ਸੀਗੇ ਉਹ। ਮੁਕਾਬਲਾ ਕਿਹਦੇ ਨਾਲ ਮੰਨਦੇ ਹੁਣ, ਕਿਉਂਕਿ ਹੁਣ ਤਾਂ ਸਿਖਰਾਂ 'ਤੇ ਆ ਗਿਆ, ਪੂਰਾ ਦੇਣੀ ਕੁਝ ਰਹਿ ਗਏ? ਕੋਈ ਮੁਕਾਬਲਾ ਨਹੀਂ ਗਾ, ਪਰਮਾਤਮਾ ਦੀ ਮਿਹਰ ਹੈ। ਗਰਮੀ ਬਹੁਤ ਜ਼ਿਆਦਾ ਹੈਗੀ ਹੈ, ਇਹੋ ਜਿਹੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਜੋ ਪਹਿਲੇ 4-5 ਫੇਸ ਹੋ ਗਏ ਆ ਉਹਨਾਂ ਦੇ ਵਿੱਚ ਵੋਟਿੰਗ ਘੱਟ ਹੋਈ ਹੈ। ਕੀ ਕੋਈ ਗਰਮੀ ਦੇ ਵਿੱਚ ਵੋਟਿੰਗ ਜਿਹੜੀ ਹੈ ਜ਼ਿਆਦਾ ਕਰਾਉਣ ਦੇ ਲਈ, ਪਰਸੈਂਟੇਜ ਵਧਾਉਣ ਦੇ ਲਈ ਕੋਈ ਉਪਰਾਲੇ ਕੈਂਡੀਡੇਟਾਂ ਵੱਲੋਂ, ਯਾਨੀ ਕਿ ਤੁਹਾਡੇ ਵੱਲੋਂ ਵੀ ਆਪਣੇ ਪੱਧਰ 'ਤੇ ਕੀਤੇ ਜਾ ਰਹੇ? ਦੇਖੋ, ਕਰਾਂਗੇ, ਉਹ ਤਾਂ ਜ਼ਰੂਰ ਕਰਾਂਗੇ, ਉਹ ਤਾਂ ਸਾਧਨ ਵਗੈਰਾ ਦੇਵਾਂਗੇ ਜਿੰਨੇ ਵੀ ਹੈਗੇ ਵੋਟਰ ਵਗੈਰਾ। ਪਿੰਡਾਂ 'ਚ ਤਾਂ ਲੋੜ ਹੁੰਦੀ, ਸ਼ਹਿਰਾਂ 'ਚ ਲੋੜ ਹੁੰਦੀ, ਉਹ ਕਰਾਂਗੇ ਸਾਰਾ ਅਰੇਂਜਮੈਂਟ, ਅੱਗੇ ਵੀ ਕਰਦੇ ਹਾਂ, ਪਹਿਲੀ ਵਾਰ ਨਹੀਂ ਕਰਨ ਲੱਗੇ। ਹਾਂਜੀ, ਜੇਕਰ ਗੱਲ ਕਰ ਲਿੱਤੀ ਜਾਵੇ ਤਾਂ ਪਬਲਿਕ ਨੂੰ, ਆਮ ਜਨਤਾ ਜਿਹੜੀ ਹੈਗੀ ਹੈ, ਵੋਟਰ ਜਿਹੜਾ ਹੈਗਾ, ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋ? ਬਸ ਥੋੜ੍ਹੇ ਸਾਹਮਣੇ ਹੈ ਵੋਟਰਾਂ ਦੇ ਜੋ ਚੱਲੀ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਪਬਲਿਕ ਦੇ ਨਾਲ ਖੜਿਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਖੇਤਰੀ ਪਾਰਟੀ ਹੈ, ਪੰਜਾਬ ਦੀ ਪਾਰਟੀ ਹੈ। ਚਲੋ, ਪਿਛਲੀ ਵਾਰੀ ਬਦਲਾਅ ਦੇ ਨਾਂ ਹੇਠ ਵੋਟ ਪਈ ਸੀਗੀ, ਵੋਟਰ ਇਸ ਵਾਰੀ ਵਾਪਸ ਆ ਰਿਹਾ ਔਰ ਅਕਾਲੀ ਦਲ ਦੀ ਜਿੱਤ ਹੋਵੇਗੀ। ਇਕੱਲੇ ਫਿਰੋਜ਼ਪੁਰ ਨਹੀਂ, ਓਵਰਆਲ ਪੰਜਾਬ 'ਚ ਬਹੁਤ ਵਧੀਆ ਰਿਸਪੋਂਸ ਹੈ। ਤੁਸੀਂ ਪੂਰਾ ਫਿਰੋਜ਼ਪੁਰ ਪਾਰਲੀਮੈਂਟ ਹਲਕਾ ਜਿਹੜਾ ਹੈਗਾ ਉਹ ਘੁੰਮ ਲਿਆ, ਹਰੇਕ ਥਾਂ 'ਤੇ ਤੁਸੀਂ ਵਿਜ਼ਿਟ ਕਰਕੇ ਆਏ ਹੋ, ਕੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਮਹਿਸੂਸ ਕੀਤਾ ਕਿ ਕਿਹੜਾ ਇੱਕ ਕੰਮ ਹੈਗਾ ਜਿਹੜਾ ਪਬਲਿਕ ਤੁਹਾਡੇ ਹੱਕ 'ਚ ਵਤਫਾ ਦਿੰਦੀ ਹੈ, ਤਾਂ ਫਿਰ ਪਹਿਲਾਂ ਕਿਹੜਾ ਕੰਮ ਕਰੋ? ਪਹਿਲਾ ਕੰਮ ਹੈ, ਮੈਂ ਪਹਿਲਾਂ ਵੀ ਦੱਸਿਆ ਤੁਹਾਡੇ ਮਾਧਿਅਮ ਰਾਹੀਂ ਕਿ ਸਭ ਤੋਂ ਪਹਿਲਾਂ ਕੰਮ ਹੈ ਵੀ ਬਾਰਡਰ ਖੁਲਾਉਣ ਦਾ। ਇਹਦੀ ਆਵਾਜ਼ ਜ਼ਰੂਰ ਬੁਲੰਦ ਕਰਾਂਗੇ
ਔਰ ਦੂਜਾ ਜਿਹੜਾ ਬਾਰਡਰ ਪੱਟੀ 'ਤੇ ਬੈਠੇ ਸਾਡੇ ਕੱਚੀਆਂ ਜ਼ਮੀਨਾਂ ਵਾਲੇ, ਉਹਨਾਂ ਦੀਆਂ ਜ਼ਮੀਨਾਂ ਪੱਕੀਆਂ ਕਰਨ ਦਾ ਜਿਹੜਾ ਆਵਾਜ਼ ਇਹ ਵੀ ਬੁਲੰਦ ਕਰਾਂਗੇ। ਬਾਲ ਸਾਹਿਬ ਨੇ ਜ਼ਮੀਨਾਂ ਪੱਕੀਆਂ ਕੀਤੀਆਂ ਸੀ, ਲੇਕਿਨ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਬਲਦੀਆਂ ਉਹਨਾਂ ਨੇ ਜ਼ਮੀਨਾਂ ਤੋੜਤੀਆਂ, ਕਈਆਂ ਦੀਆਂ ਗੁਰਦੌਰੀਆਂ ਵੀ ਟੁੱਟ ਗਈਆਂ, ਔਰ ਜਿਹੜੇ ਉਹਨਾਂ ਦੇ ਕਾਬਜ਼ ਉਹਨਾਂ ਨੂੰ ਮਾਲਕਾਂ ਨਾਲ ਹੱਕ ਦਵਾਵਾਂਗੇ। ਬਿਲਕੁਲ, ਇਹ ਸਨ ਨਰਦੇਵ ਸਿੰਘ ਬੌਬੀ ਮਾਨ ਜੋ ਕਹਿੰਦੇ ਹੈ ਕਿ ਜਿੱਤ ਤੋਂ ਬਾਅਦ ਜੇਕਰ ਪਬਲਿਕ ਉਹਨਾਂ ਦੇ ਹੱਕ ਵਿੱਚ ਫਤਵਾ ਦਿੰਦੀ ਹੈ ਤਾਂ ਫਿਰ ਸਭ ਤੋਂ ਪਹਿਲਾਂ ਉਹ ਬਾਰਡਰ ਖੁਲਵਾਉਣਗੇ, ਔਰ ਜਿਹੜੇ ਸਰਹੱਦੀ ਇਲਾਕਿਆਂ ਦੇ ਵਿੱਚ ਜ਼ਮੀਨਾਂ ਲੋਕਾਂ ਦੀਆਂ ਪੱਕੀਆਂ ਨਹੀਂ ਹੈਗੀਆਂ ਉਹ ਦੁਬਾਰੇ ਜਿਹੜਾ ਹੈਗਾ ਪੱਕੀਆਂ ਕੀਤੀਆਂ ਜਾਣਗੀਆਂ। ਇੱਥੇ ਉਹ ਵੀ ਕਹਿੰਦੇ ਆ ਕਿ ਬਾਦਲ ਸਾਹਿਬ ਵੱਲੋਂ ਪੱਕੀਆਂ ਜ਼ਮੀਨਾਂ ਕਰ ਦਿੱਤੀਆਂ ਗਈਆਂ ਸੀ, ਲੇਕਿਨ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਉਸ ਨੂੰ ਤੋੜ ਦਿੱਤਾ ਗਿਆ, ਤਾਂ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਜ਼ਮੀਨਾਂ ਪੱਕੀਆਂ ਕਰਨ ਦੀ ਗੱਲ ਕਰ ਰਿਹਾ। ਫਿਲਹਾਲ 1 ਤਰੀਕ ਨੂੰ ਹੀ ਲੋਕਾਂ ਦੇ ਵੱਲੋਂ ਕੀ ਫਤਵਾ ਦਿੱਤਾ ਜਾਂਦਾ, ਕਿਸ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਜਾਂਦਾ, ਇਸ ਦਾ ਪਤਾ ਸਾਨੂੰ 4 ਜੂਨ ਨੂੰ ਲੱਗੇਗਾ। ਧੰਨਵਾਦ।